ਵੱਡੀਆਂ ਚੁਣਵੀਆਂ ਖਬਰਾਂ ਦਾ ਸਪੈਸ਼ਲ ਬੁਲੇਟਨ ਪ੍ਰਾਈਮ ਟਾਈਮ ਲੈ ਕੇ ਹਾਜ਼ਰ ਹਾਂ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ ਦੋਸਤੋ ਸ਼ੁਰੂਆਤ ਕਰਦੇ ਹਾਂ ਜੀ ਪੰਜਾਬ న్యూਸ ਦੀ ਪੰਜਾਬ ਵਿੱਚ ਸ਼ਰਾਬ ਦੀ ਵਿਕਰੀ ਤੇ ਸਕੰਜਾ ਬੋਤਲ ਦੇ ਹੋਏਗਾ ਕਿਉਰ ਕੋਡ ਸਕੈਨ ਕਰਦੇ ਹੀ ਸਭ ਕੁਝ ਆ ਜਾਏਗਾ ਸਾਹਮਣੇ ਭਗਵੰਤ ਮਾਨ ਸਰਕਾਰ ਵੱਲੋਂ ਸ਼ਰਾਬ ਦੀ ਤਸਕਰੀ ਉੱਪਰ ਸਿਕੰਜਾ ਕੱਸਿਆ ਜਾਵੇਗਾ ਇਸ ਲਈ ਸ਼ਰਾਬ ਦੀ ਬੋਤਲ ਉੱਪਰ ਬਾਰ ਕੋਡ ਲਾਇਆ ਜਾਵੇਗਾ ਕਿਉਰ ਕੋਡ ਸਕੈਨ ਕਰਨ ਨਾਲ ਸਾਰੀ ਡਿਟੇਲ ਸਾਹਮਣੇ ਆ ਜਾਵੇਗੀ ਜੇਕਰ ਬੋਤਲ ਕੇਉਰ ਕੋਡ ਤੋਂ ਬਿਨਾਂ ਤਾਂ ਇਸ ਦੀ ਸ਼ਿਕਾਇਤ ਕੀਤੀ ਜਾ ਸਕਦੀ ਹੈ ਵਿੱਤ ਮੰਤਰੀ ਹਰਪਾਲ ਚੀਮਾ ਨੇ ਦੱਸਿਆ ਕਿ ਪੰਜਾਬ ਤੋਂ ਬਾਹਰੋਂ ਆਉਣ ਵਾਲੀ ਸ਼ਰਾਬ ਦੀ ਵਿਕਰੀ ਨੂੰ ਰੋਕਣ ਲਈ ਕਦਮ ਚੁੱਕੇ ਜਾ ਰਹੇ ਨੇ ਹੁਣ ਪੰਜਾਬ ਦੇ ਹਰ ਠੇਕੇ ਤੋਂ ਸ਼ਰਾਬ ਖਰੀਦਣ ਤੇ ਬੋਤਲ ਉੱਪਰ ਇੱਕ QR ਕੋਡ ਹੋਵੇਗਾ ਇਸ 바ਰ ਕੋਡ ਨੂੰ ਸਕੈਨ ਕਰਨ ਨਾਲ ਪੂਰੀ ਜਾਣਕਾਰੀ ਸਾਹਮਣੇ ਆ ਜਾਵੇਗੀ ਇਸ ਤੋਂ ਪਤਾ ਚੱਲੇਗਾ ਕਿ ਇਹ ਸ਼ਰਾਬ ਕਿੱਥੋਂ ਦੀ ਹੈ ਕਿਸ ਫੈਕਟਰੀ ਜੂ ਤਿਆਰ ਕੀਤੀ ਜਾਂਦੀ ਹੈ ਤੇ ਇਸ ਦੇ ਵਿੱਚ ਅਲਕੋਹਲ ਦੀ ਮਾਤਰਾ ਕਿੰਨੀ ਹੈ ਜਨ ਤੱਕ ਆਉਧਿਆਂ ਤੇ ਬੈਠੇ ਲੋਕਾਂ ਦੇ ਬੋਲਣ ਤੇ ਨਹੀਂ ਲੱਗੇਗੀ ਪਾਬੰਦੀ ਸੁਪਰੀਮ ਕੋਰਟ ਨੇ ਸੁਣਾਇਆ ਫੈਸਲਾ ਸਪਰੀਮ ਕੋਰਟ ਨੇ ਜਨਤਕ ਅਹੁਦੇ ਰੱਖਣ ਵਾਲੇ ਵਿਅਕਤੀ ਦੇ ਬੋਲਣ ਦੇ ਪ੍ਰਗਟਾਵੇ ਦੀ ਆਜ਼ਾਦੀ ਦੇ ਅਧਿਕਾਰ ਤੇ ਪਾਬੰਦੀ ਲਾਉਣ ਤੋਂ ਇਨਕਾਰ ਕਰ ਦਿੱਤਾ ਜਸਟਿਸ ਏਐਸ ਨਜੀਰ ਦੀ ਅਗਵਾਈ ਵਾਲੀ ਪੰਜ ਜੱਜਾਂ ਦੀ ਸੰਵਿਧਾਨਕ ਬੈਂਚ ਨੇ ਆਪਣਾ ਫੈਸਲਾ ਸੁਣਾਇਆ ਅਦਾਲਤ ਨੇ ਕਿਹਾ ਹੈ ਕਿ ਜਨਤਕ ਪ੍ਰਤੀਨਿਧਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਤੇ ਕੋਈ ਪਾਬੰਦੀ ਲਾਉਣ ਦੀ ਲੋੜ ਨਹੀਂ ਵਾਧੂ ਪਾਬੰਦੀਆਂ ਨਹੀਂ ਲਾਈਆਂ ਜਾ ਸਕਦੀਆਂ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਸੰਵਿਧਾਨ ਦੇ ਅਨੁਛੇਦ 19/2 ਦੇ ਤਹਿਤ ਨਿਰਧਾਰਤ ਪਾਬੰਦੀਆਂ ਤੋਂ ਵੱਧ ਅਤੇ ਵੱਧ ਕਿਸੇ ਨਾਗਰਿਕ ਤੇ ਕੋਈ ਵਾਧੂ ਪਾਬੰਦੀਆਂ ਨਹੀਂ ਲਾਈਆਂ ਜਾ ਸਕਦੀਆਂ ਅਦਾਲਤ ਨੇ ਕਿਹਾ ਕਿ ਮੰਤਰੀ ਕਿਸੇ ਮੰਤਰੀ ਵੱਲੋਂ ਦਿੱਤਾ ਗਿਆ ਬਿਆਨ ਸਰਕਾਰ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ 15 ਨਵੰਬਰ ਨੂੰ ਰੱਖਵਾ ਰੱਖਿਆ ਗਿਆ ਇਹ ਫੈਸਲਾ ਆਜਮ ਖਾਨ ਦੇ ਇਸ ਬਿਆਨ ਤੇ ਵਿਵਾਦ ਖੜਾ ਹੋ ਗਿਆ ਹੈ ਪੰਜਾਬ ਸਰਕਾਰ ਦਾ ਦਾਵਾ 30 0.73 ਲੱਖ ਲਾਭਪਾਤਰੀਆਂ ਨੂੰ 4200 4025.28 ਕਰੋੜ ਰੁਪਏ ਦੀ ਪੈਨਸ਼ਨ ਦੀ ਅਦਾਇਗੀ ਪੰਜਾਬ ਸਰਕਾਰ ਨੇ ਦਾਅਵਾ ਕੀਤਾ ਕਿ ਬਜ਼ੁਰਗਾਂ ਵਿਧਵਾ ਤੇ ਬੇਸਹਾਰਾ ਔਰਤਾਂ ਆਸ਼ਰਿਤ ਬੱਚਿਆਂ ਤੇ ਦਿਵਿਆਂਗ ਵਿਅਕਤੀਆਂ ਨੂੰ ਸਵੈ ਨਿਰਭਰ ਬਣਾਉਣ ਤੇ ਉਹਨਾਂ ਦੇ ਸਮਾਜਿਕ ਤੇ ਆਰਥਿਕ ਪੱਧਰ ਨੂੰ ਉੱਚਾ ਚੱਕਣ ਲਈ ਚਾਲੂ ਵਿੱਤੀ ਸਾਲ ਦੌਰਾਨ 30.73 ਲੱਖ ਲਾਭਪਾਤਰੀਆਂ ਨੂੰ 4025.28 ਕਰੋੜ ਰੁਪਏ ਦੀ ਪੈਨਸ਼ਨ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਪੰਜਾਬ ਰਾਜ ਵਿੱਚ ਪੈਨਸ਼ਨ ਦੀ ਅਦਾਇਗੀ ਵਿੱਚ ਪਾਰਦਰਸ਼ਤਾ ਲਿਆਉਣ ਲਈ ਤੁਰੰਤ ਅਦਾਇਗੀ ਕਰਨ ਲਈ ਜਨਤਕ ਵਿੱਤੀ ਪ੍ਰਬੰਧਨ ਸਿਸਟਮ ਲਾਗੂ ਕੀਤਾ ਗਿਆ ਹੈ ਸੁਖਬੀਰ ਵੱਲੋਂ ਇੰਦਰਾ ਗਾਂਧੀ ਦੇ ਕਾਤਲ ਦੇ ਘਰ ਫੇਰੀ ਦਾ ਮੁੱਦਾ ਗਰਮਾਇਆ ਆਪ ਨੇ ਨਿਸ਼ਾਨੇ ਤੇ ਲੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਾਤਲ ਸਤਵੰਤ ਸਿੰਘ ਦੇ ਘਰ ਜਾਣ ਦਾ ਮੁੱਦਾ ਗਰਮ ਆ ਗਿਆ ਸਮੁੰਦ ਨੂੰ ਲੈ ਕੇ ਉਹ ਸਿਆਸੀ ਪਾਰਟੀਆਂ ਦੇ ਨਿਸ਼ਾਨੇ ਤੇ ਆ ਗਏ ਨੇ ਕੁਝ ਆਗੂਆਂ ਦਾ ਕਹਿਣਾ ਹੈ ਕਿ ਯੂਨੀਅਰ ਬਾਦਲ ਅਜਿਹਾ ਕਰਕੇ ਕੱਟੜ ਪੰਥੀਆਂ ਨਾਲ ਹੱਥ ਮਿਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜੋ ਪਾਰਟੀ ਨੂੰ ਕੁਝ ਮਜ਼ਬੂਤੀ ਮਿਲ ਸਕੇ ਤੇ ਆਮ ਆਦਮੀ ਪਾਰਟੀ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕੇ ਸਿਆਸੀ ਆਗੂਆਂ ਦਾ ਕਹਿਣਾ ਹੈ ਕਿ ਸੁਖਬੀਰ ਬਾਦਲ ਪਹਿਲਾਂ ਹੀ ਆਪਣੀ ਪਾਰਟੀ 'ਚ ਬਹੁਤ ਸਾਰੇ ਹਿੰਦੂ ਆਗੂਆਂ ਨੂੰ ਟਿਕਟ ਦੇ ਕੇ ਇਹ ਦਾਵਾ ਕਰ ਚੁੱਕੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਧਰਮ ਨਿਰਪੱਖ ਪਾਰਟੀ ਆ ਤੇ ਉਹ ਆਪਣੀ ਪਾਰਟੀ 'ਚ ਸੁਧਾਰ ਕਰਨ 'ਚ ਲੱਗੇ ਹੋਏ ਹਨ ਤਾਂ ਜੋ ਅਗਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਪਾਰਟੀ ਨੂੰ ਮਜ਼ਬੂਤੀ ਮਿਲ ਸਕੇ ਵੱਡੀ ਖਬਰ ਹੈ ਜੀ SBI, PNB ਤੇ BOB ਸਾਂ ਨੇ ਕਿਹੜੇ ਬੈਂਕ ਹੋਣਗੇ ਪ੍ਰਾਈਵੇਟ ਨੀਤੀਯਾਜੋਗ ਨੇ ਜਾਰੀ ਕੀਤੀ ਸੂਚੀ ਵੱਡੀ ਖਬਰਾਂ ਦੀ ਪਰ ਉਸ ਤੋਂ ਪਹਿਲਾਂ ਨੇਕੀ ਦੀ ਬੇਨਤੀ ਆ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਦੋਸਤੋ ਤੁਹਾਡਾ ਇੱਕ ਇੱਕ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਹੀ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਸਰਕਾਰ ਵੱਲੋਂ ਬੈਂਕਾਂ ਦੇ ਨਿਜੀਕਰਨ ਨੂੰ ਲੈ ਕੇ ਵੱਡੀ ਯੋਜਨਾ ਬੰਦੀ ਕੀਤੀ ਜਾ ਰਹੀ ਹੈ ਨੀਤੀ ਆਯੋਗ ਨੇ ਇੱਕ ਸੂਚੀ ਤਿਆਰ ਕੀਤੀ ਕਿ ਸਰਕਾਰ ਕਿਹੜੇ ਬੈਂਕਾਂ ਦਾ ਨਿੱਜੀਕਰਨ ਕਰੇਗੀ ਤੇ ਕਿਹੜੇ ਬੈਂਕਾਂ ਨੂੰ ਇਸ ਸੂਚੀ ਤੋਂ ਬਾਹਰ ਰੱਖਿਆ ਗਿਆ ਹੈ ਫਿਲਹਾਲ ਸਰਕਾਰ ਦੋ ਬੈਂਕਾਂ ਤੇ ਇੱਕ ਜਨਰਲ ਇੰਸ਼ੋਰੈਂਸ ਕੰਪਨੀ ਦੇ ਨਿੱਜੀਕਰਨ ਦਾ ਜਲਦੀ ਹੀ ਫੈਸਲਾ ਲੈਣ ਜਾ ਰਹੀ ਹੈ ਚਾਰ ਬੈਂਕਾਂ ਦਾ ਹੋਇਆ ਰਲੇਵਾ ਤੁਹਾਨੂੰ ਦੱਸਦੀ ਹੈ ਕਿ ਅਗਸਤ 2019 ਦੇ ਵਿੱਚ ਸਰਕਾਰ ਦੁਆਰਾ 10 ਦੇ ਵਿੱਚੋਂ ਚਾਰ ਬੈਂਕਾਂ ਦਾ ਰਲੇਵਾ ਕੀਤਾ ਗਿਆ ਸੀ ਜਿਸ ਤੋਂ ਬਾਅਦ ਦੇਸ਼ ਤੇ ਜਨਤਕ ਖੇਤਰਾਂ ਦੀ ਬੈਂਕ ਗਿਣਤੀ 27 ਤੋਂ ਘਟ ਕੇ 12 ਹੋ ਗਈ ਸੀ ਫਿਲਹਾਲ ਇਹਨਾਂ ਬੈਂਕਾਂ ਦੇ ਨਿੱਜੀਕਰਨ ਸੰਬੰਧੀ ਕੋਈ ਯੋਜਨਾ ਨਹੀਂ ਆ 6 ਬੈਂਕਾਂ ਦਾ ਨਹੀਂ ਕੀਤਾ ਜਾਵੇਗਾ ਨਿੱਜੀਕਰਨ ਵਿੱਤ ਮੰਤਰੀ ਨਿਰਮਲਾ ਸੀਤਾਰਾਮ ਨੇ ਬਜਟ ਨੂੰ ਕੀਤਾ ਸੀ ਐਲਾਨ ਸਾਥੋ ਬਾਬਾ ਖੋਲਿਆ ਤੇਰਾ ਨਨਕਾਣਾ ਦੇ ਰਚੇਤਾ ਸਵਰਨ ਸਿਵਿਆ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਸਾਥੋ ਬਾਬਾ ਖੋਲਿਆ ਤੇਰਾ ਨਨਕਾਣਾ ਤਲਵਾਰ ਮੈਂ ਕਲਗੀ ਤਰਦੀ ਹਾਂ ਐਵੇਂ ਨਾ ਜਿੰਦੇ ਮਾਨ ਕਰੀ ਤੇ ਅਨੇਕਾਂ ਹੋਰ ਸੁਪਰ ਹਿੱਟ ਗੀਤਾਂ ਦੇ ਰਚੇਤਾ ਸਵਰਨ ਸਿਵਿਆ ਸਾਡੇ ਵਿੱਚ ਨਹੀਂ ਹੈ ਕਰਨੈਲ ਸਿਵਿਆ ਦੇ ਦੱਸਣ ਅਨੁਸਾਰ ਹੂੰ ਪਿੰਡ ਵਿੱਚ ਰਹਿੰਦੇ ਸੀ ਕੱਲ ਸ਼ਾਮ ਸੈਰ ਕਰਦੇ ਸਮੇਂ ਹਾਰਟ ਅਟੈਕ ਕਾਰਨ ਉਹਨਾਂ ਦਾ ਸੁਰਗਵਾਸ ਹੋ ਗਿਆ ਉਹਨਾਂ ਦੇ ਬੇਟੇ ਦੇ ਇੰਗਲੈਂਡ ਤੋਂ ਪਰਤਣ ਤੋਂ ਬਾਅਦ ਉਹਨਾਂ ਦਾ ਅੰਤਮ ਸੰਸਕਾਰ ਕੀਤਾ ਜਾਵੇਗਾ ਅਗਲੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਸੈਂਕੜ ਬੂਸਟਰ ਡੋਜ਼ ਨੂੰ ਲੈ ਕੇ ਸਰਕਾਰ ਨੇ ਕੋਵਿਡ ਟੀਕੇ ਦੀ ਬੂਸਟਰ ਡੋਜ਼ ਤੇ ਸਪਸ਼ਟ ਕੀਤਾ ਰੁੱਖ ਦੂਜੀ ਖੁਰਾਕ ਦੀ ਲੋੜ ਨਹੀਂ ਕੋਵਿਡ 19 ਦੇ ਕੇਸਾਂ ਵਿੱਚ ਸਪਸ਼ਟ ਵਾਅਦੇ ਦੇ ਵਿਚਕਾਰ ਸਰਕਾਰੀ ਸੂਤਰਾਂ ਨੇ ਕਿਹਾ ਹੈ ਕਿ ਹੁਣ ਤੱਕ ਇੱਕ ਹੋਰ ਕੋਵਿਡ 19 ਬੂਸਟਰ ਖੁਰਾਕ ਦੀ ਕੋਈ ਲੋੜ ਨਹੀਂ ਸਰਕਾਰੀ ਸੂਤਰਾਂ ਨੇ ਕਿਹਾ ਕਿ ਪਹਿਲਾਂ ਸਾਨੂੰ ਦੇਸ਼ ਚ ਬੂਸਟਰ ਡਰਾਈਵ ਨੂੰ ਪੂਰਾ ਕਰਨਾ ਹੋਵੇਗਾ ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਵਿੱਚ 134 ਨਵੇਂ ਕੇਸਾਂ ਦੇ ਨਾਲ ਭਾਰਤ ਚੁ ਮੌਜੂਦਾ ਸਮੇਂ ਤੂ ਸਰਗਰਮ ਮਾਮਲੇ ਦੀ ਗਿਣਤੀ 2582 ਅਤੇ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਦੇਸ਼ ਵਿਆਪੀ ਟੀਕਾਕਰਨ ਮੁਹਿੰਮ ਹੁਣ ਤੱਕ ਕੁੱਲ 220.11 ਕਰੋੜ ਵੈਕਸੀਨ ਡੋਜ਼ਾਂ ਦੂਜੀ ਖਰਾਕ ਦੇ ਵਿੱਚ ਦਿੱਤੀਆਂ ਜਾ ਚੁੱਕੀਆਂ ਨੇ ਮੁਫਤ ਵਿੱਚ ਕਣਕ ਲੈਣ ਵਾਲੇ ਲਾਭਪਾਤਰੀਆਂ ਲਈ ਬੁਰੀ ਖਬਰ ਕੇਂਦਰ ਸਰਕਾਰ ਨੇ ਦਿੱਤਾ ਵੱਡਾ ਝਟਕਾ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਦੇਸ਼ ਚ ਕੋਰੋਨਾ ਕਾਲ ਦੇ ਸੰਕਟ ਦੌਰਾਨ ਗਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ਆਰਥਿਕ ਮਦਦ ਪਹੁੰਚਾਉਣ ਦੇ ਮਕਸਦ ਨਾਲ ਸ਼ੁਰੂ ਕੀਤੀ ਗਈ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਦਾ ਹੁਣ ਕੇਂਦਰ ਸਰਕਾਰ ਵੱਲੋਂ ਪੂਰੀ ਤਰ੍ਹਾਂ ਦਾ ਐਂਡ ਕਰ ਦਿੱਤਾ ਗਿਆ ਉਕਤ ਮਾਮਲੇ ਸੰਬੰਧੀ ਕੇਂਦਰੀ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਪੱਤਰ ਤੋਂ ਬਾਅਦ ਹਰਕਤ ਚੁਆਏ ਖੁਰਾਕ ਅਤੇ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੇ ਜ਼ਿਲ੍ਹੇ ਭਰ ਦੇ ਵੱਖ-ਵੱਖ ਰਾਸ਼ਨ ਡਿਪੂਆਂ ਤੇ ਭਈ ਬਕਾਇਆ ਕਣਕ ਲਾਪਾਤਰੀ ਪਰਿਵਾਰਾਂ ਤੱਕ ਪਹੁੰਚਾਉਣ ਦੀ ਮਹਮ ਜੰਗੀ ਪੱਧਰ ਤੇ ਛੇੜ ਦਿੱਤੀ ਆ ਕੋਈ ਵੀ ਪਰਿਵਾਰ ਸਰਕਾਰ ਦੀ ਵੱਡਮੁੱਲੀ ਯੋਜਨਾ ਤੋਂ ਵਾਂਝਾ ਨਾ ਰਹੇ ਜਾਣਕਾਰੀ ਮੁਤਾਬਕ ਕੇਂਦਰ ਸਰਕਾਰ ਵੱਲੋਂ ਪਹਿਲਾਂ ਤੋਂ ਚੱਲ ਰਹੀ ਨੈਸ਼ਨਲ ਫੂਡ ਸਿਕਿਉਰਟੀ ਐਕਟ ਯੋਜਨਾ ਤਹਿਤ ਕਾਰਡਧਾਰੀਆਂ ਨੂੰ ਵੰਡੀ ਜਾ ਰਹੀ 2 ਰੁਪਏ ਕਿਲੋ ਵਾਲੀ ਕਣਕ ਬਿਲਕੁਲ ਮੁਫਤ ਦੇਣ ਦੇ ਸੱਚ ਵਿੱਚ ਟਾਲ ਲਿਆ ਗਿਆ ਹੈ ਅਗਲੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੀਆਂ ਜੀ ਰਾਜਾ ਵੜਿੰਗ ਦਾ ਵੱਡਾ ਐਲਾਨ ਸਿੱਖ ਫਾਰ ਜਸਟਿਸ ਦੇ ਗੁਰਪਤਵੰਤ ਪੰਨੂ ਦੇ ਗੱਲ ਛੇਤਰਾਂ ਦਾ ਹਾਰ ਪਾਉਣ ਵਾਲੇ ਦਾ ਮਿਲੇਗਾ 1 ਲੱਖ ਡਾਲਰ ਦਾ ਇਨਾਮ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਿੱਖ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਨੂੰ ਸਿੱਧੀ ਚੁਣੌਤੀ ਦਿੱੰਦਿਆ ਗਿਆ ਜੇਕਰ ਕੋਈ ਪੰਨੂ ਦੇ ਗੱਲ ਵਿੱਚ ਛੇਤਰਾਂ ਦਾ ਹਾਰ ਪਾਵੇਗਾ ਤਾਂ ਉਸ ਨੂੰ 1 ਲੱਖ ਡਾਲਰ ਦਾ ਇਨਾਮ ਦਿੱਤਾ ਜਾਵੇਗਾ ਇਹ ਐਲਾਨ ਪੰਨੂ ਵੱਲੋਂ ਰਾਹੁਲ ਗਾਂਧੀ ਦੀ ਪੰਜਾਬ ਫੇਰੀ ਰੋਕਣ ਦੀ ਧਮਕੀ ਦੇ ਜਵਾਬ ਵਿੱਚ ਦਿੱਤਾ ਗਿਆ ਹੈ ਰਾਜਾ ਵੜਿੰਗ ਖਾਨਾ ਵਿੱਚ ਭਾਰਤ ਜੋੜੋ ਯਾਤਰਾ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣਾ ਹੈ ਸੀ ਖਾਨਾ ਵਿੱਚ ਇਹ ਯਾਤਰਾ 11 ਜਨਵਰੀ ਨੂੰ ਆਵੇਗੀ ਰਾਤ ਨੂੰ ਇੱਥੇ ਸਟੇ ਹੋਵੇਗਾ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਅੰਦਰ ਇਹ ਯਾਤਰਾ 10 ਜਨਵਰੀ ਨੂੰ ਪ੍ਰਵੇਸ਼ ਕਰੇਗੀ ਫਤਿਹਗੜ੍ਹ ਸਾਹਿਬ ਵਿੱਚ 10 ਜਨਵਰੀ ਨੂੰ ਆਵੇਗੀ 11 ਜਨਵਰੀ ਨੂੰ ਖੰਨਾ ਆਵੇਗੀ ਇਸ ਦੌਰਾਨ ਰਾਜਾ ਵਣਿੰਗ ਨੇ 6 ਫਾਰ ਜਸਟਿਸ ਤੇ ਕਰਪਤਵੰਤ ਪੰਨੂ ਨੂੰ ਸਿੱਧੀ ਚੁਣੌਤੀ ਦਿੱਤਿਆਂਕ ਬਿਆਨ ਦਿੱਤਾ ਨਹੀਂ ਮਿਲੇਗੀ ਰਾਹਤ ਆਉਣ ਵਾਲੇ ਦਿਨਾਂ ਚ ਪੰਜਾਬ ਦੇ ਸਣੇ ਇਹਨਾਂ ਸੂਬਿਆਂ ਚ ਵਧੇਗੀ ਠੰਡ ਉੱਤਰ ਭਾਰਤ ਚ ਠੰਡ ਦਾ ਕਹਿਰ ਲਗਾਤਾਰ ਜਾਰੀ ਹੈ ਗੱਲ ਕੀਤੀ ਜਾਵੇ ਪੰਜਾਬ ਚੋਂ ਤਾਂ ਸੂਬੇ ਪਰਚੂ ਸੰਗਣੀ ਧੁੰਦ ਅਤੇ ਠੰਡ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਸੂਬੇ ਚ ਕੁੜਾਕੇ ਦੀ ਠੰਡ ਕਾਰਨ ਲੋਕਾਂ ਦਾ ਘਰੋਂ ਨਿਕਲਣਾ ਔਖਾ ਹੋਇਆ ਪਿਆ ਸਰਕਾਰ ਵੱਲੋਂ ਸਕੂਲਾਂ ਦੀਆਂ ਛੁੱਟੀਆਂ ਚ ਵਾਅਦਾ ਕਰ ਦਿੱਤਾ ਗਿਆ ਇਸ ਤੋਂ ਇਲਾਵਾ ਹਰਿਆਣਾ ਤੇ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਧੁੰਦ ਦੇ ਖੇਤਰ ਦੀ ਤਾਜ਼ਾ ਤਸਵੀਰ ਸੈਟੇਲਾਈਟ ਦੇ ਵਿੱਚ ਦੇਖੀ ਗਈ ਹੈ ਜਿਸ ਚ ਪੰਜਾਬ ਸਣੇ ਵੱਖ-ਵੱਖ ਸੂਬਿਆਂ ਚ ਧੁੰਦ ਦਾ ਕਹਿਰ ਦਿਖਾਈ ਦੇ ਰਿਹਾ ਹੈ ਮੌਸਮ ਵਿਭਾਗ ਮੁਤਾਬਕ ਉੱਤਰ ਪ੍ਰਦੇਸ਼ ਤੇ ਲੋਕਾਂ ਨੂੰ ਅਜੇ ਠੰਡ ਤੋਂ ਰਾਹਤ ਮਿਲਦੀ ਹੋਈ ਦਿਖਾਈ ਨਹੀਂ ਦੇ ਰਹੀ ਆਉਣ ਵਾਲੇ ਦਿਨਾਂ ਚ ਧੁੰਦ ਕਾ ਦਾ ਕਹਿਰ ਇਸੇ ਤਰ੍ਹਾਂ ਜਾਰੀ ਰਹੇਗਾ ਪ੍ਰਧਾਨ ਮੰਤਰੀ ਬਣ ਕੇ ਸਭ ਤੋਂ ਪਹਿਲਾਂ ਤਿੰਨ ਕੰਮ ਕਰਾਂਗਾ ਰਾਹੁਲ ਗਾਂਧੀ ਕਾਂਗਰਸ ਨੇਤਾ ਰਾਹੁਲ ਗਾਂਧੀ ਇਹਨਾਂ ਦਿਨੀਂ ਭਾਰਤ ਜੋੜੋ ਯਾਤਰਾ ਤੇ ਹਨ ਲਗਾਤਾਰ ਜਨਤਕ ਮੀਟਿੰਗਾਂ ਤੇ ਮੀਡੀਆ ਨੂੰ ਸੰਬੋਧਨ ਕਰ ਰਹੇ ਹਨ ਇਸ ਦੌਰਾਨ ਬਹੁਤ ਹੀ ਕੰਪੋਜ਼ਿਟ ਨਜ਼ਰ ਆ ਰਹੇ ਹਨ ਹਰ ਸਵਾਲ ਦਾ ਜਵਾਬ ਬਹੁਤ ਅਮਰੀਕੀ ਨਾਲ ਦੇ ਰਹੇ ਹਨ ਕਾਂਗਰਸ ਹੈੱਡਕੁਆਰਟਰ 'ਚ ਮੀਡੀਆ ਨੂੰ ਸੰਬੋਧਨ ਕੀਤਾ ਉਹਨਾਂ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਉਹਨਾਂ ਨੇ ਕਿਹਾ ਜੀ ਸਭ ਤੋਂ ਪਹਿਲਾਂ ਦੇਸ਼ 'ਚ ਤਿੰਨ ਮੁੱਦਿਆਂ 'ਤੇ ਜ਼ਿਆਦਾ ਧਿਆਨ ਦੇਣ ਦੀ ਲੋੜ ਐ ਸੋ ਸਿੱਖਿਆ ਪ੍ਰਣਾਲੀ ਦੇ ਵਿੱਚ ਸੁਧਾਰ ਹੁਨਰ ਬਗੈਰ ਕੋਈ ਰੁਜ਼ਗਾਰ ਨਹੀਂ ਤੇ ਵਿਦੇਸ਼ ਨੀਤੀ ਦੇ ਵਿੱਚ ਸੁਧਾਰ ਕੀਤਾ ਜਾਵੇਗਾ ਕਲਬੀਰ ਨਰੂਆਣਾ ਦੇ ਬੰਦੂਕਾਂ ਵਾਲੇ ਪੱਕੇ ਯਾਰ ਦੀ ਮੌਤ ਕਹਿੰਦਾ ਸੀ ਮੂਸੇਵਾਲਾ ਤੋਂ ਪਹਿਲਾਂ ਮੈਨੂੰ ਮਾਰਨਾ ਸੀ ਤਲਵੰਡੀ ਸਾਭੋ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਜੀਜ਼ ਖਾਨ ਦਾ ਬੀਤੀ ਰਾਤ ਸੰਗਰੂਰ ਜ਼ਿਲ੍ਹੇ ਦੇ ਕਾਲਾਚੋ ਟੋਲ ਪਲਾਜ਼ਾ ਤੋਂ ਗੋਲੇ ਇੱਕ ਐਕਸੀਡੈਂਟ ਦੌਰਾਨ ਮੌਤ ਹੋ ਗਈ ਜਾਣਕਾਰੀ ਮੁਤਾਬਕ ਟੋਲ ਪਲਾਜ਼ਾ ਤੋਂ ਨਿਕਲਣ ਤੋਂ ਬਾਅਦ ਅਜੀਜ਼ ਖਾਨ ਦੀ ਗੱਡੀ ਧੁੰਦ ਕਾਰਨ ਸੜਕ ਦੇ ਡਿਵਾਈਡਰ ਤੇ ਟਕਰਾਈ ਜਿਸ ਕਾਰਨ ਉਸ ਦੀ ਮੌਤ ਹੋ ਗਈ ਤੇ ਉਸ ਦਾ ਗੰਨਮੈਨ ਗੰਭੀਰ ਰੂਪ ਦੇ ਵਿੱਚ ਫਟੜ ਹੋ ਗਿਆ ਪੰਜਾਬੀ ਨੌਜਵਾਨ ਦਾ ਮਨੀਲਾ ਚ ਗੋਲੀਆਂ ਮਾਰ ਕੇ ਕਤਲ ਅਣਪਛਾਤੇਆਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ ਪੰਜਾਬ ਦੇ ਮੋਗਾ ਦੇ ਪਿੰਡ ਦੇ ਨੌਜਵਾਨ ਦੀ ਮਨੀਲਾ ਦੇ ਵਿੱਚ ਗੁਲੀਆਂ ਮਾਰ ਕੇ ਹੱਤਿਆ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਸੋ ਗੁਰਪ੍ਰੀਤ ਸਿੰਘ ਦੀ ਕੋਝਸਾਲ ਪਹਿਲਾ ਫਿਲੀਪੀਨ ਸ਼ਹਿਰ ਦੇ ਵਿੱਚ ਮਨੀਲਾ ਚ ਗਿਆ ਸੀ ਜਿੱਥੇ ਰੋਜ਼ੀ ਰੋਟੀ ਲਈ ਉਹ ਬਾਹਰ ਨੌਜਵਾਨਾਂ ਨੂੰ ਕੋਚਿੰਗ ਦਿੰਦਾ ਸੀ ਕੈਨੇਡਾ ਦੇ ਵਿੱਚ ਪਿਛਲੇ ਡੇਢ ਮਹੀਨੇ ਚ ਚਾਰ ਭਾਰਤੀਆਂ ਦਾ ਕਤਲ ਅੱਧੀ ਰਾਤ ਦੀਆਂ ਸ਼ਿਫਟਾਂ ਬਣੀਆਂ ਹਮਲਿਆਂ ਦਾ ਕਾਰਨ ਕੈਨੇਡਾ ਦੇ ਵਿੱਚ ਪੀਆਰ ਰੋਜ਼ਗਾਰ ਅਤੇ ਸਿੱਖਿਆ ਦੇ ਲਿਹਾਜ਼ ਨਾਲ ਭਾਰਤੀਆਂ ਦਾ ਪਸੰਦੀਦਾ ਟਿਕਾਣਾ ਮੰਨਿਆ ਜਾਂਦਾ ਰਿਪੋਰਟ ਦੇ ਅਨੁਸਾਰ ਕੈਨੇਡਾ ਚ ਲਗਭਗ 1.85 ਮਿਲੀਅਨ ਲੋਕ ਭਾਰਤੀ ਮੂਲ ਦੇ ਨੇ ਜਿਸ ਦਾ ਮਤਲਬ ਹੈ ਕਿ ਕੈਨੇਡਾ ਦੀ ਕੁੱਲ ਆਬਾਦੀ ਦਾ 5% ਹਿੱਸਾ ਭਾਰਤੀ ਹੈ ਪਿਛਲੇ ਡੇਢ ਮਹੀਨੇ ਦੇ ਵਿੱਚ ਕੈਨੇਡਾ ਚ ਕਈ ਭਾਰਤੀ ਮੂਲ ਦੇ ਲੋਕਾਂ ਤੇ ਜਾਨਲੇਵਾ ਹਮਲੇ ਹੋਏ ਨੇ ਇਹਨਾਂ ਜਾਨਲੇਵਾ ਹਮਲਿਆਂ ਚ ਭਾਰਤੀ ਸਮਾਜ ਦੇ ਵਿੱਚ ਦਰਦ ਦਾ ਮਾਹੌਲ ਪੈਦਾ ਕਰ ਦਿੱਤਾ ਤੇ ਮਾਪੇ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਤੋਂ ਝਿਜਕ ਰਹੇ ਹਨ ਕਾਰ ਚ ਚਿੱਟੇ ਦਾ ਨਸ਼ਾ ਕਰ ਰਹੇ ਸੀ ਪੁਲਿਸ ਮੁਲਾਜ਼ਮ ਲੋਕਾਂ ਦੇ ਮਨਾ ਕਰਨ ਤੇ ਦਿਖਾਈ ਵਰਦੀ ਦੀ ਤੋਂਸ ਮਾਮਲਾ ਦਰਜ ਇੱਕ ਪਾਸੇ ਪੁਲਿਸ ਨਸ਼ਾ ਤਸਕਰਾਂ ਤੇ ਸਿਕੰਜਾ ਕੱਸਣ ਦਾ ਦਾਅਵਾ ਕਰ ਰਹੀ ਹੈ ਦੂਜੇ ਪਾਸੇ ਆਪਣੇ ਵਿਭਾਗ ਚ ਨਸ਼ਾ ਕਰਨ ਵਾਲੇ ਮੁਲਾਜ਼ਮਾਂ ਦੀ شناخت ਕਰਕੇ ਉਹਨਾਂ ਤੇ ਸਿਕੰਜਾ ਕੱਸਣ ਚੋਂ ناکਾਮ ਸਾਫਤ ਹੋਈ ਇਸ ਦਾ ਨਤੀਜਾ ਹੈ ਕਿ ਢੀਂਗਰਾ ਕਨੌਨ ਦੀ ਚੋਂ ਪਿਛਲੇ ਕੋਸਤਨਾ ਤੋਂ ਆਪਣੀ ਹੀ ਕਾਰ 'ਚੋਂ ਨਸ਼ੇ 'ਚ ਤੋਤ ਦੋ ਪੁਲਿਸ ਮੁਲਾਜ਼ਮਾਂ ਨੂੰ ਲੋਕਾਂ ਨੇ ਰੰਗੇ ਹੱਥੀ ਕਾਬੂ ਕਰ ਲਿਆ ਮੌਜੂਦ ਮੁਲਾਜ਼ਮਾਂ ਨੇ ਜ਼ਬਰਦਸਤ ਧੌਂਸ ਜਮਾਈ ਤੇ ਹੰਗਾਮੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਤਾਂ ਉਹਨਾਂ ਨੇ ਹਵਾਲੇ ਪੁਲਿਸ ਦੇ ਕਰ ਦਿੱਤਾ ਘਟਨਾ 2 ਵਜੇ ਦੇ ਕਰੀਬ ਵਾਪਰੀਆ ਪਰੇਸ਼ਾਨ ਲੋਕਾਂ ਨੇ ਘੇਰੀ ਕਾਰ ਦੋਵੇਂ ਪੁਲਿਸ ਮੁਲਾਜ਼ਮਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਛੁੱਟੀਆਂ 'ਚ ਸਕੂਲ ਖੋਲਣ ਤੇ ਰੂਪੜ ਦੇ ਇੱਕ ਪ੍ਰਾਈਵੇਟ ਸਕੂਲ ਤੇ ਸਿੱਖਿਆ ਮੰਤਰੀ ਦਾ ਐਕਸ਼ਨ ਉਹਨਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਗਿਆ ਸੋ ਇਸ ਦੌਰਾਨ ਛੁੱਟੀਆਂ 'ਚ ਸਕੂਲ ਖੋਲਣ ਦਾ ਮਾਮਲਾ ਰੂਪੜ ਤੋਂ ਹੋਇਆ ਸੋ ਛੁੱਟੀ ਦੌਰਾਨ ਰੂਪੜ ਦਾ ਇੱਕ ਪ੍ਰਾਈਵੇਟ ਸਕੂਲ ਖੋਲਿਆ ਗਿਆ ਜਿਸ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ ਹਰਜੂਤ ਬੈਂਸ ਸਿੱਖਿਆ ਮੰਤਰੀ ਪੰਜਾਬ ਨੇ ਪੰਜਾਬ ਦੇ ਸਾਰੇ ਪ੍ਰਾਈਵੇਟ ਸਕੂਲਾਂ ਦੇ ਖਿਲਾਫ ਕਾਰਵਾਈ ਸ਼ੁਰੂ ਕਰ ਦੁੱਤੀ ਹੈ ਸਰਦੀਆਂ ਕਾਰਨ ਪੰਜਾਬ ਚ 8 ਜਨਵਰੀ ਤੱਕ ਛੁੱਟੀਆਂ ਹਨ ਤੇ ਇਸ ਦੌਰਾਨ ਕੋਈ ਪ੍ਰਾਈਵੇਟ ਸਕੂਲ ਹਨ ਜਿਨ੍ਹਾਂ ਨੇ ਸਿੱਖਿਆ ਮੰਤਰੀ ਦੇ ਹੁਕਮਾਂ ਦੀ ਉਲੰਘਣਾ ਕਰਕੇ ਸੋਮਵਾਰ ਨੂੰ ਸਕੂਲ ਖੋਲ੍ਹਤੇ ਨੇ ਹਰਿਆਣਾ ਸਰਕਾਰ ਦੇ ਖਿਲਾਫ ਭਾਰਤੀ ਕਿਸਾਨ ਯੂਨੀਅਨ ਦਾ ਵੱਡਾ ਐਲਾਨ ਹਰਿਆਣਾ ਸਰਕਾਰ ਵੱਲੋਂ ਗੰਨੇ ਦਾ ਰੇਟ ਨਾਬਦੌਨ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਦੇ ਵੱਲੋਂ ਵੱਡਾ ਐਕਸ਼ਨ ਕਰ ਦਿੱਤਾ ਗਿਆ 5 ਤੋਂ 9 ਜਨਵਰੀ ਤੱਕ 4 ਦਿਨ ਸੂਬੇ ਦੀਆਂ ਸਾਰੀਆਂ ਖੰਡ ਮਿਲਾਂ ਦੇ ਅੱਗੇ ਦਰਨਾ ਦਿੱਤਾ ਜਾਵੇਗਾ 10 ਜਨਵਰੀ ਨੂੰ ਕਰਨਾਲ ਦੇ ਵਿੱਚ ਕਿਸਾਨਾਂ ਦੀ ਮਹਾਪੰਚਾਇਤ ਬੁਲਾਈ ਗਈ ਹੈ ਤੇ 5 ਜਨਵਰੀ ਨੂੰ ਦਰਨਾ ਸ਼ੁਰੂ ਕਰਨ ਤੋਂ ਪਹਿਲਾਂ ਖੰਡ ਮਿਲਾਂ ਦੇ ਕਾਂਟੇ ਜਾਮ ਕਰਨ ਦੀ ਰਣਨੀਤੀ ਹੈ ਕੈਨੇਡਾ ਚ ਨਵੇਂ ਸਾਲ ਤੇ ਹਸ਼ਿਆਰਪੁਰ ਦੇ 28 ਸਾਲਾ ਨੌਜਵਾਨ ਦਾ ਕਤਲ ਸੁੰਸਾਨ ਇਲਾਕੇ ਚੂ ਇਸ ਕਾਰ ਦੇ ਵਿੱਚੋਂ ਮਿਲੀ Laash ਮਹਿਲਪੁਰ ਸ਼ਹਿਰ ਦੇ ਨਾਲ ਲੱਗਦੇ ਪਿੰਡ ਚੰਦੇਲੀ ਦੇ 5 ਸਾਲ ਪਹਿਲਾਂ ਕੈਨੇਡਾ ਗਿਆ ਨੌਜਵਾਨ ਦਾ 31 ਦਸੰਬਰ ਦੀ ਰਾਤ ਨੂੰ 22 ਵਜੇ ਦੇ ਕਰੀਬ ਲੁੱਟ ਦੀ ਨੀਅਤ ਨਾਲ ਕਤਲ ਕਰ ਦਿੱਤਾ ਗਿਆ। ਲੁਟੇਰੇ ਜਾਂਦੇ ਹੋਏ ਉਸ ਦੇ ਸਰੀਰ ਤੇ ਪਾਏ ਹੋਏ ਗਹਿਣੇ, ਮੋਬਾਈਲ, ਪਰਸ, ATM ਤੇ ਪੈਸੇ ਲੈ ਕੇ ਪੀੜਤ ਪਰਿਵਾਰ ਨੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਤੋਂ ਮੰਗ ਕੀਤੀ ਕਿ ਇਕਲੌਤੇ ਪੁੱਤਰ ਦੇ ਕੈਨੇਡਾ ਚ ਹੋਏ ਕਤਲ ਦੇ ਦੋਸ਼ੀਆਂ ਦਾ ਪਤਾ ਲਾ ਕੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ। ਹੋਟਲ ਰੈਸਟੋਰੈਂਟ ਤੇ ਰੇੜੀਆਂ ਫੜੀਆਂ ਲਈ ਲਾਇਸੈਂਸ ਲਾਜ਼ਮੀ ਨਾ ਹੋਣ ਦੀ ਸੂਰਤ ਤੋਂ ਲੱਗ ਸਕਦਾ ਲੱਖਾਂ ਦਾ ਜੁਰਮਾਨਾ ਲੁਧਿਆਣਾ ਵਿੱਚ ਹਜ਼ਾਰਾਂ ਖਾਣ ਪੀਣ ਦੇ ਹੋਟਲ ਰੈਸਟੋਰੈਂਟ ਰੇੜੀਆਂ ਫੜੀਆਂ ਹਨ ਪਰ ਕੁਝ ਕੁਲੇ ਲਾਇਸੈਂਸ ਅਧ ਤੇ ਕਈਆਂ ਕੋਲੇ ਨਹੀਂ ਸਿਹਤ ਵਿਭਾਗ ਮਾਹੁਣ ਇਸ ਮਾਮਲੇ ਨੂੰ ਲੈ ਕੇ ਸਖਤ ਸਾਵਧਾਨ ਨੂੰ ਲਾਇਸੈਂਸ ਲੈਣਾ ਲਾਜ਼ਮੀ ਹੋਵੇਗਾ ਨਹੀਂ ਤਾਂ 5 ਲੱਖ ਦਾ ਜੁਰਮਾਨੇ ਦਾ ਭੁਗਤਾਨ ਕਰਨਾ ਪਵੇਗਾ ਹੋਟਲ ਰੈਸਟੋਰੈਂਟ ਅਤੇ ਰੇੜੀ ਫੜੀਆਂ ਨੂੰ ਲਾਇਸੈਂਸ ਲਾਜ਼ਮੀ ਹੈ ਸਕੂਲਾਂ ਦੇ ਵਿੱਚ ਛੁੱਟੀਆਂ ਮਗਰੋਂ ਪੰਜਾਬ ਸਰਕਾਰ ਦਾ ਇੱਕ ਹੋਰ اہم ਫੈਸਲਾ ਜੀ ਠੰਡ ਤੰਦ ਅਤੇ ਠੰਡ ਦੇ ਕਹਿਰ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਸਾਰੇ ਆਂਗਣਵਾੜੀ ਕੇਂਦਰਾਂ ਵਿੱਚ 8 ਜਨਵਰੀ 2023 ਤੱਕ ਦੀਆਂ ਛੁੱਟੀਆਂ ਕਰ ਦਿੱਤੀਆਂ ਨੇ ਸੋ ਇਹ ਫੈਸਲਾ ਛੋਟੇ ਬੱਚਾ ਨੂੰ ਠੰਡ ਤੋਂ ਬਚਾਉਣ ਦੇ ਲਈ ਲਿਆ ਗਿਆ ਹੈ ਆਂਗਣਵਾੜੀ ਕੇਂਦਰ ਹੁਣ 9 ਜਨਵਰੀ 2023 ਨੂੰ ਖੋਲੇ ਜਾਣਗੇ ਇਸ ਤੋਂ ਪਹਿਲਾਂ ਸਰਕਾਰ ਨੇ ਸਕੂਲਾਂ ਵਿੱਚ 8 ਜਨਵਰੀ 2023 ਤੱਕ ਬੰਦ ਕਰ ਦਿੱਤੇ ਨੇ ਕਾਮੇਡੀਅਨ ਕਾਪਿਲ ਸ਼ਰਮਾ ਤੇ ਗਾਇਕ ਜਸਬੀਰ ਜਸਦੀ ਸ਼੍ਰੀ ਹਰਮੰਦਰ ਸਾਹਿਬ ਹੋਏ ਨਤਮਸਤਕ ਇਸ ਮੌਕੇ ਕਾਪਿਲ ਸ਼ਰਮਾ ਦਾ ਕਹਿਣਾ ਕਿ ਸ਼੍ਰੀ ਦਰਬਾਰ ਸਾਹਿਬ ਆ ਕੇ ਮਨ ਨੂੰ ਸ਼ਾਂਤੀ ਮਿਲਦੀ ਹੈ ਉਹਨਾਂ ਨੇ ਕਿਹਾ ਕਿ ਬੱਚਾ ਨੂੰ ਪਹਿਲੀ ਵਾਰ ਮੱਥਾ ਟੇਕਾਇਆ ਉਹਨਾਂ ਦਾ ਕਹਿਣਾ ਕਿ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਸੰਗਤਾਂ ਨੂੰ ਗੋਲਕਚੂ ਪੈਸੇ ਪਾਨਤ ਰੋਕਣ ਦਾ ਬਿਆਨ ਦੇ ਕੇ ਮੁੱਖ ਮੰਤਰੀ ਨੇ ਬੋਧਿਕ ਕੰਗਾਲੀ ਦਾ ਪ੍ਰਗਟਾਵਾ ਕੀਤਾ ਭਾਈ ਗਰੇਵਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗੁਰਦੁਆਰਾ ਸਾਹਿਬਾਨ ਅੰਦਰ ਗੋਲਕਾਂ ਨੂੰ ਪੈਸੇ ਪਾਉਣ ਤੋਂ ਰੋਕਣ ਵਾਲਾ ਬਿਆਨ ਦੇ ਕੇ ਸੰਗਤਾਂ ਦੀ ਸ਼ਰਧਾ ਤੇ ਸੱਟ ਮਾਰੀ ਹੈ ਜਿਸ ਨੇ ਮੁੱਖ ਮੰਤਰੀ ਦੀ ਬૌਧਿਕ ਕੰਗਾਲੀ ਸਾਹਮਣੇ ਲਿਆਂਦੀ ਇਹ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਪਾਈ ਗੁਰਚਰਨ ਸਿੰਘ ਗਰੇਵਾਲ ਨੇ ਕੀਤਾ ਸਰਕਾਰੀ ਬਸਾਂ ਨੂੰ ਲੈ ਕੇ ਪਿਆ ਨਮਾ ਬਖੇੜਾ ਯੂਨੀਅਨ ਨੇ ਦਿੱਤੀ ਸੰਘਰਸ਼ ਦੀ ਚੇਤਾਵਨੀ ਆਰਟੀਏ ਦਫਤਰ ਦੇ ਵਿੱਚ ਸਰਕਾਰੀ ਬੱਸਾਂ ਦੀ ਪਾਸਿੰਗ ਪੈਂਡਿੰਗ ਹੋਣ ਕਾਰਨ ਪੰਜਾਬ ਬੱਸਾਂ ਢਿੱਪੂਆਂ 'ਚ ਖੜਗੀਆਂ ਨੇ ਜਿਸ ਕਾਰਨ ਕਈ ਐਮ ਰੂਟ ਪ੍ਰਭਾਵਿਤ ਨੇ ਪ੍ਰਭਾਵਿਤ ਹੋ ਰਹੀਆਂ ਜਰੂਰੀ ਸੇਵਾਵਾਂ ਦਾ ਇਹ ਮੁੱਦਾ ਚੰਡੀਗੜ੍ਹ ਬੈਠੇ ਸੀਨੀਅਰ ਅਧਿਕਾਰੀਆਂ ਤੱਕ ਪਹੁੰਚਾ ਦਿੱਤਾ ਗਿਆ ਹੈ ਤਾਂ ਜੋ ਇਸ ਦਾ ਹੱਲ ਕੱਢ ਕੇ ਪ੍ਰਭਾਵਿਤ ਰੂਟਾਂ ਨੂੰ ਬਹਾਲ ਕੀਤਾ ਜਾ ਸਕੇ ਟੈਕਸ ਪੈਂਡਿੰਗ ਦਾ ਹਵਾਲਾ ਦਿੰਦੇ ਹੋਏ ਇਹਨਾਂ ਬੱਸਾਂ ਨੂੰ ਪਾਸਿੰਗ ਨਹੀਂ ਦਿੱਤੀ ਜਾ ਰਹੀ ਜਦ ਕਿ ਪੰਜਾਬ ਦੇ ਹੋਰ ਆਰਟੀਆ ਦਫ਼ਤਰਾਂ ਵਿੱਚ ਬੱਸਾਂ ਨੂੰ ਪਾਸਿੰਗ ਦਿੱਤੀ ਜਾ ਰਹੀ ਹੈ ਯੂਨੀਅਨ ਅੱਜ ਸ਼ੁਰੂ ਕਰੇਗੀ ਸੰਘਰਸ਼ ਹਾਈ ਕੋਰਟ ਦਾ ਅਹਿਮ ਫੈਸਲਾ ਸੜਕ ਹਾਦਸੇ ਚ ਮੁਆਵਜ਼ੇ ਲਈ ਪਤਨੀ ਹੀ ਨਹੀਂ ਟੀ ਵੀ ਹੱਕਦਾਰ ਸੜਕ ਹਾਦਸੇ ਚ ਮੁਆਵਜ਼ੇ ਲਈ ਮ੍ਰਿਤਕ ਦੀ ਪਤਨੀ ਨਹੀਂ ਸਕੋ ਟੀ ਵੀ ਹੱਕਦਾਰ ਹੈ ਹਾਈ ਕੋਰਟ ਨੇ ਇੱਕ ਸੜਕ ਹਾਦਸੇ ਚ ਪੀਤਾ ਦੀ ਮੌਤ ਦੇ ਮਾਮਲੇ ਚ ਮਹੱਤਵਪੂਰਨ ਫੈਸਲਾ ਸੁਣਾਉਂਦਿਆਂ ਇਹ ਟਿੱਪਣੀ ਕੀਤੀ ਹਾਈ ਕੋਰਟ ਨੇ ਕਿਹਾ ਕਿ ਟੀ ਵੀ ਮੁਆਵਜ਼ੇ ਦੇ ਹਿੱਸਾ ਲੈਣ ਦੀ ਹੱਕਦਾਰ ਹੈ ਜਸਟਿਸ ਹਰਮਿੰਦਰ ਸਿੰਘ ਮਦਾਨ ਨੇ ਇਹ ਹੁਕਮ ਸੜਕ ਹਾਦਸੇ 'ਚ ਟ੍ਰਿਬਿਨਲ ਵੱਲੋਂ ਮਰਤਕ ਦੀ ਵਿਧਵਾ ਨੂੰ ਮੁਆਵਜ਼ਾ ਦਿੱਤੇ ਜਾਣ ਦੇ ਫੈਸਲੇ ਖਿਲਾਫ ਬੀਮਾ ਕੰਪਨੀ ਵੱਲੋਂ ਦਾਇਰ ਅਪੀਲ ਨੂੰ ਖਾਰਜ ਕਰਦਿਆਂ ਦਿੱਤੇ। ਚੀਨ 'ਚ ਅਜੇ ਹੋਰ ਮਾੜੇ ਹੋਣਗੇ ਹਾਲਾਤ, ਕੋਰੋਨਾ ਕਾਰਨ ਇੱਕ ਦਿਨ 'ਚ ਹੋਈਆਂ 25000 ਮੌਤਾਂ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ। ਯੂਕੇ ਦੀ ਸਿਹਤ ਡਾਟਾ ਫਾਰਮ ਏਅਰ ਨਿਫਟੀ ਦੇ ਅਨੁਸਾਰ ਚੀਨ ਪ੍ਰਤੀ ਦਿਨ 9000 ਤੋਂ ਵੱਧ ਕੋਵਿਡ ਮੌਤਾਂ ਦੀ ਰਿਪੋਰਟ ਕਰੇਗਾ ਇਹਨਾਂ ਨੇ ਜਨਵਰੀ ਦੇ ਪਹਿਲੇ ਮਹੀਨੇ ਇੱਕ ਦਿਨ ਅਜਿਹਾ ਆਵੇਗਾ ਜਦੋਂ ਇੱਕ ਦਿਨ ਚੋਂ 25000 ਲੋਕ ਕਰੋਨਾ ਨਾਲ ਮਰ ਜਾਣਗੇ। ਠੰਡ ਦਾ ਕਹਿਰ ਜਾਰੀ ਪੰਜਾਬ ਦੇ ਵਿੱਚ ਬਠਿੰਡਾ ਸ਼ਹਿਰ ਸਭ ਤੋਂ ਠੰਡਾ 0.4 ਡਿਗਰੀ ਰਿਹਾ ਤਾਪਮਾਨ। ਸਵੇਰ ਤੋਂ ਪੈ ਰਹੀ ਸੰਗਣੀ ਧੁੰਦ ਦੇ ਕਾਰਨ ਠੰਡ ਦੇ ਕਾਰਨ ਜਨ ਜੀਵਨ ਪ੍ਰਭਾਵਿਤ ਹੋ ਰਿਹਾ ਜਿ ਬਠਿੰਡਾ ਸਭ ਤੋਂ ਠੰਡਾ ਹੈ ਜਿਸ ਤੇ ਘਟੋ ਘਟ ਤਾਪਮਾਨ 0.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੁਆਨ ਦੇ ਨਾਲੂ 4 ਡਿਗਰੀ ਸੈਲਸੀਅਸ ਘਟ ਰਿਹਾ ਇਸੇ ਤਰ੍ਹਾਂ ਰਾਜਸਥਾਨੀ ਚੰਡੀਗੜ੍ਹ ਵਿੱਚ ਘਟੂ ਘੜ ਤਾਪਮਾਨ 5.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਸੰਦੀਪ ਸਿੰਘ ਮਾਮਲੇ 'ਚ ਪਹਿਲੀ ਵਾਰ ਬੋਲੇ ਸੀਐਮ ਮਨੋਖਰ ਲਾਲ ਹਰਿਆਣਾ ਦੇ ਮੰਤਰੀ। ਸੰਦੀਪ ਸਿੰਘ ਦੇ ਮਹਿਲਾ ਕੋਚ ਦੇ ਦੋਚਾਂ ਦੇ ਸੀਐਮ ਮਨੋਖਰ ਲਾਲ ਨੇ ਵੱਡਾ ਬਿਆਨ ਦਿੱਤਾ। ਉਹਨਾਂ ਨੇ ਕਿਹਾ ਜੀ ਇੱਕ ਮਹਿਲਾ ਖਿਡਾਰੀ ਨੇ ਸੰਦੀਪ ਸਿੰਘ ਤੇ ਬੇਬੁਨਿਆਦ ਦੋਸ਼ ਲਾਏ ਨੇ ਦੋਸ਼ ਲਾਉਣ ਨਾਲ ਵਿਅਕਤੀ ਦੋਚੀ ਨਹੀਂ ਬਣ ਜਾਂਦਾ। ਪੰਚ ਚੰਡੀਗੜ੍ਹ ਹਰਿਆਣਾ ਪੁਲਿਸ ਜਾਂਚ ਕਰ ਰਹੀ ਹੈ ਰਿਪੋਰਟ ਆਉਣ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ ਉਹਨਾਂ ਨੂੰ ਨਿਰਪੱਖ ਜਾਂਚ ਲਈ ਖੇਡ ਮੰਤਰੀ ਦੇ ਉਹਦੇ ਤੋਂ ਹਟਾ ਦਿੱਤਾ ਗਿਆ ਉਧਰ ਖੇਡ ਵਿਭਾਗ ਛੱਡਣ ਤੋਂ ਪਹਿਲਾਂ ਮਹਿਲਾ ਕੋਚ ਸੰਤੁਸ਼ਟ ਨਹੀਂ ਹੈ ਮਹਿਲਾ ਕੋਚ ਮੰਤਰੀ ਦੀ ਬਰਖਾਸਤਗੀ ਅਤੇ ਗ੍ਰਿਫਤਾਰੀ ਦੀ ਮੰਗ ਤੇ ਅੜੀ ਹੋਈ ਹੈ ਟਰੱਕ ਬਾਈਕ ਦੀ ਜ਼ਬਰਦਸਤ ਟੱਕਰ ਤੋਂ ਤਿੰਨ ਦੀ ਮੌਤ ਮਦਦ ਦੀ ਬਜਾਏ ਸੇਵਾ ਦੀਆਂ ਪੇਟੀਆਂ ਚੱਕ ਕੇ ਲੈ ਗਏ ਲੋਕ ਸੋ ਹਨੂਮਾਨ ਘੜ ਦੇ ਵਿੱਚ ਰਾਜਸਥਾਨ ਦੇ ਵਿੱਚ ਇਹ ਹਾਦਸਾ ਹੈਰਾਨ ਕਰ ਦੇਣ ਵਾਲਾ ਸਾਹਮਣੇ ਹੋਇਆ ਬਾਈਕ ਅਤੇ ਟਰੱਕ ਦੀ ਟੱਕਰ ਹੋ ਗਈ ਤਿੰਨ ਲੋਕਾਂ ਦੀ ਮੌਤ ਹੋ ਗਈ ਚਾਰ ਗੰਭੀਰ ਜ਼ਖਮੀ ਹੋ ਗਏ ਹਾਦਸੇ ਤੋਂ ਬਾਅਦ ਲੋਕ ਟਰੱਕ ਦੇ ਵਿੱਚੋਂ ਸੇਬਾਂ ਦੇ ਡੱਬੇ ਲੈ ਭੱਜੇ ਤੇ ਉਧਰ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸੇਬਾਂ ਦਾ ਡੱਬਾ ਕੋਈ ਨਹੀਂ ਲੈ ਕੇ ਗਿਆ ਸੂਬੇ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਸਖਤ ਮਾਨ ਸਰਕਾਰ ਉੱਚ ਅਧਿਕਾਰੀਆਂ ਦੇ ਨਾਲ ਮੁੱਖ ਮੰਤਰੀ ਨੇ ਕੀਤੀ ਬੈਠਕ ਮੋਹਾਲੀ ਤੋਂ ਖਬਰ ਆ ਜੀ ਮੁੱਖ ਮੰਤਰੀ ਪਹਿਲਾ ਆਪਣੇ ਵਿਧਾਇਕ ਕੁਲਵੰਤ ਸਿੰਘ ਦੀ ਜਾਂਚ ਕਰਵਾਉਣ ਬਲਵੀਰ ਸਿੱਧੂ ਦਾ ਵੱਡਾ ਬਿਆਨ ਹਿਮਾਚਲ ਬੋਰਡ ਨੇ 10ਵੀਂ 12ਵੀਂ ਟਰਮ ਇੱਕ ਪ੍ਰੀਖਿਆ ਦੇ ਨਤੀਜੇ ਐਲਾਨੇ ਇਸ ਦਿਨ ਹੋਵੇਗੀ ਟਰਮ 2 ਦੀ ਪ੍ਰੀਖਿਆ ਰਾਜਪਾਲ ਦੇ ਦਖਲ ਮਗਰੂ ਏਆਈ ਜੀ ਅਸ਼ੀਸ਼ ਕਪੂਰ ਦੇ ਖਿਲਾਫ ਜ਼ਬਰ ਜਨਾਹ ਦਾ ਮਾਮਲਾ ਦਰਜ ਪੰਜਾਬ ਦੇ ਰਾਜਪਾਲ ਬਨਵਾਰੀ لال ਪ੍ਰੋਹਿਤ ਦੇ ਦਖਲ ਤੋਂ ਬਾਅਦ ਜੇਲ੍ਹ ਵਿੱਚ ਬੰਦ ਪੰਜਾਬ ਪੁਲਿਸ ਦੇ ਆਈਜੀ ਅਸ਼ੀਸ਼ਪੂਰ ਦੇ ਖਿਲਾਫ ਇੱਕ ਵਾਰ ਫਿਰ ਜ਼ਬਰਜਨਾ ਦਾ ਮਾਮਲਾ ਦਰਜ ਕੀਤਾ ਗਿਆ ਆਈਜੀ ਅਸ਼ੀਸ਼ਪੂਰ ਵਿਜੀਲੈਂਸ ਵੱਲੋਂ ਦਰਜ ਕੀਤੇ ਗਏ ਭ੍ਰਸ਼ਟਾਚਾਰ ਤੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ ਵਿੱਚ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਪਹਿਲਾਂ ਹੀ ਜੇਲ੍ਹ ਦੇ ਵਿੱਚ ਨੇ ਟੈਂਡਰ ਘਪਲੇ ਨੂੰ ਲੈ ਕੇ ਵੱਡੀ ਖਬਰਾਂ ਦੀ ਸਾਬਕਾ ਮੰਤਰੀ ਭਾਰਤ ਪੂਸ਼ਨ ਆਸ਼ੂ ਦੇ ਕਰੀਬੀ ਨੇ ਕੀਤਾ ਆਤਮ ਸਮਰਪਣ ਬਿਜਲੀ ਦਰਾਂ 70 ਪੈਸੇ ਤੋਂ 90 ਪੈਸੇ ਪ੍ਰਤੀ ਜੂਨਟ ਤੱਕ ਵਧਣ ਦੀ ਸੰਭਾਵਨਾ ਹੈ ਸੂ ਪੰਜਾਬ ਦੇ ਲੋਕਾਂ ਨੂੰ ਬਿਜਲੀ ਬੋਰਡ ਵਿਭਾਗ ਦੇ ਵੱਲੋਂ ਵੱਡਾ ਝਟਕਾ ਦਿੱਤਾ ਜਾ ਸਕਦਾ ਜੇ ਜਿੱਥੇ ਬਿਜਲੀ ਦੀਆਂ ਦਰਾਂ ਵਧਾਈਆਂ ਜਾਣਗੀਆਂ ਐਮਐਲਏ ਗੋਗੀ ਦਾ ਡਰਾਈਵਿੰਗ ਟਰੈਕ ਤੇ ਸ਼ਾਪਾ ਲੋਕਾਂ ਤੋਂ ਪੈਸੇ ਲੈਂਦਾ ਫੜਿਆ ਮੁਲਾਜ਼ਮ ਤਿੰਨ ਪੁਲਿਸ ਦੇ ਹਵਾਲੇ ਟ੍ਰੈਕ ਦਾ ਕੰਮ ਕਰਵਾਉਣ ਆਏ ਲੋਕਾਂ ਨੇ ਵਿਧਾਇਕ ਦੇ ਸਾਹਮਣੇ ਆਪਣੀਆਂ ਸਮੱਸਿਆਵਾਂ ਰੱਖੀਆਂ ਕੂਗੀ ਨੇ ਦੱਸਿਆ ਕਿ ਟੈਸਟ ਡਰਾਈਵ ਤੇ ਤਨਾਇਤ ਪ੍ਰਾਈਵੇਟ ਕੰਪਨੀਆਂ ਦਾ ਸਿਕਿਉਰਿਟੀ ਸਟਾਫ ਲੋਕਾਂ ਤੋਂ ਕੰਮ ਕਰਵਾਉਣ ਦੇ ਬਦਲੇ ਪੈਸੇ ਵਸੂਲ ਰਿਹਾ ਤੇ ਕਈ ਸਟਾਫ ਮੈਂਬਰ ਵੀ ਗੈਰਹਾਜ਼ਰ ਪਾਏ ਨੇ ਸੁਰੱਖਿਆ ਗਾਰਡ ਨੇ ਖਾਕੀ ਰੰਗ ਦੇ ਕੱਪੜੇ ਪਾਏ ਹੋਏ ਸਨ ਨਾ ਤਾਂ ਕਿ ਕੰਪਨੀ ਵੱਲੋਂ ਮੁਹੱਈਆ ਕਰਵਾਈ ਗਈ ਨੀਲੀ ਵਰਦੀ ਲੋਕਾਂ ਨੂੰ ਇਹ ਸੋਚਣ ਵਿੱਚ ਲੱਗੇ ਕਿ ਉਹ ਪੁਲਿਸ ਵਾਲਾ ਖਾਕੀ ਰੰਗ ਦੀ ਆੜ ਦੇ ਵਿੱਚ ਇਹ ਮੁਲਾਜ਼ਮ ਟੈਸਟ ਡਰਾਈਵ ਪਾਸ ਕਰਨ ਲਈ ਲੋਕਾਂ ਤੋਂ ਪੈਸੇ ਮੰਗਦਾ ਸੀ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਦਿੱਤਾ ਵੱਡਾ ਬਿਆਨ ਉਹਨਾਂ ਨੇ ਪੰਜਾਬ ਸਰਕਾਰ 3 ਡਿਗਰੀ ਦਾ ਸਹਾਰਾ ਲੈ ਕੇ ਪੰਜਾਬ ਦੇ ਨੌਜਵਾਨਾਂ ਨੂੰ ਅੱਤਵਾਦੀ ਬਣਾਉਣ ਲਈ ਮਜਬੂਰ ਕਰ ਰਹੀ ਹੈ ਰਵਨੀਤ ਬਿੱਟੂ ਨੇ ਕਿਹਾ ਕਿ ਵਿਜੀਲੈਂਸ ਇੰਦਰਜੀਤ ਹਿੰਦੀ ਨਾਲ 3 ਡਿਗਰੀ ਵਰਤ ਰਹੀ ਹੈ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ 10 ਲੱਖ ਰੁਪਏ ਦਾ ਲਾਇਆ ਜੁਰਮਾਨਾ ਸੋ ਵੱਡੀ ਖਬਰ ਹੈ ਜੀ ਵਰਕਰਾਂ ਨੂੰ ਮਜ਼ਾਕੀਆ ਲਹਿਜੇ ਚ ਬੋਲੇ ਸੁਖਵੀਰ ਬਾਦਲ ਜੇ ਅਗਰੀ ਵਾਰ ਕਿਸੇ ਹੋਰ ਪਾਰਟੀ ਦੀ ਸਰਕਾਰ ਆਈ ਉਹਨਾਂ ਨੇ ਕਿਹਾ ਹੈ ਕਿ ਜੇਕਰ ਕਿਸੇ ਹੋਰ ਪਾਰਟੀ ਦੀ ਸਰਕਾਰ ਆਈ ਤਾਂ ਉਹ ਸਾਬ ਲਾ ਲੈਣਾ ਸਰਕਾਰ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਸਕੂਲਾਂ ਦੇ ਖਿਲਾਫ ਪੰਜਾਬ ਸਰਕਾਰ ਦੇ ਵੱਲੋਂ ਵੱਡੀ ਕਾਰਵਾਈ ਇੱਕ ਹੋਰ ਸਾਬਕਾ ਮੰਤਰੀ ਵਿਜੀਲੈਂਸ ਦੇ ਨਿਸ਼ਾਨੇ ਤੇ ਬਲਵੀਰ ਸਿੱਧੂ ਦੀ ਜਾਇਦਾਦ ਦਾ